ਅਸਲਾਮ ਵਾਲੇਕੁਮ ਵਰਹਿਮਤੁਲਾਹਿ ਵਬਰਕਾਤੁਹ ਜੀ ਦੋਸਤੋ, ਕੀ ਹਾਲ ਚਾਲ? ਉਮੀਦ ਕਰਦੇ ਸਭ ਠੀਕ ਠਾਕ ਹੋਣਗੇ। ਅੱਲਾਹ ਤਾਲਾ ਸਭ ਨੂੰ ਆਪਣੇ ਜ਼ਿੰਮੇਵਾਰ 'ਚ ਰੱਖੇ। ਅਤੇ ਅੱਜ ਮਾਸ਼ਾਅੱਲਾ ਜੀ ਜ਼ਿੰਮੇਵਾਰ ਦਾ ਦਿਨ ਹੈ ਅਤੇ ਦੋਸਤ ਕੁਛ ਕਬੂਤਰ ਲੈ ਕੇ ਆਏ ਨੇ ਕਾਫੀ ਦੂਰੋਂ। ਮੈਂ ਤਾਂ ਉਹਨਾਂ ਦੇ ਕਬੂਤਰਾਂ ਸ਼ੋ ਕਰਾਈ, ਉਹਨਾਂ ਦੇ ਦੋਸਤਾਂ ਦਾ ਤਾਰਫ ਕਰਾਈਏ। ਅਸਲਾਮ ਵਾਲੇਕੁਮ। ਐਮ ਰਸ਼ਕਿਰ ਨੇ ਜੀ, ਹਾਫਿਜ਼ ਸਾਹਿਬ, ਹਾਫਿਜ਼ ਅਦਨਾਨ ਸਾਹਿਬ, ਇਹ ਗੁਜਰਾਤ ਤੋਂ ਤਸ਼ਰੀਫ ਲੈ ਕੇ ਆਏ ਨੇ। ਇਹ ਦੋਸਤ ਨੇ ਜੀ, ਇਹ ਵੀ ਮੇਰੇ ਸ਼ਕੀਰ ਨੇ ਰਾਸ਼ਦ ਸਾਹਿਬ, ਇਹਦੇ ਨਾਲ ਹੈ ਭਾਈ ਨੇ। ਵਾਲੇਕੁਮ ਸਲਾਮ। ਇਹ ਚੁੰਡਾ ਦੇ ਕੋਲ ਕੋਈ ਗਾਉਂ, ਉੱਥੋਂ ਕਬੂਤਰ ਲੈ ਕੇ ਆਏ ਨੇ ਮਾਸ਼ਾਅੱਲਾ ਵਾਲੇ। ਕਿਹੜੀ ਕੀ ਗਾਉਂ ਦਾ ਨਾਂ ਜੀ? ਸਹੀ, ਮਾਸ਼ਾਅੱਲਾ, ਅਲੀ ਹਸਨ ਸਾਹਿਬ ਜੀ। ਲਓ ਜੀ, ਇਹਨਾਂ ਦੇ ਪਰਿੰਦੇ ਨੇ, ਤੁਹਾਨੂੰ ਥੋੜ੍ਹਾ ਸ਼ੋਕ ਵੀ ਕਰਾਉਂਦੇ ਹਾਂ। ਅਤੇ ਆਓ ਜੀ ਤੁਸੀਂ, ਜਰਾ ਹਾਸੇ ਇੱਥੇ ਆਇਓ ਕੁਰਸੀ ਤੁਸੀਂ। ਖੂਬਸੂਰਤ ਲੇਕਿਨ ਅੱਛੀ ਨਹੀਂ ਹੈਗੀ। ਅੱਜ ਫਿਰ ਦੇਖੋ ਹੱਡੀ ਚੁੱਭ ਰਹੀ ਹੈ, ਨਾਲੇ ਜੋੜਾਂ ਦੇ ਅੰਦਰ ਵੀ ਜਾ ਰਹੀ ਹੈ, ਨਹੀਂ ਠੀਕ ਹੈਗੀ। ਲਾਲ ਰੱਖਦੀ ਮੋਦੀ ਭੈਣ ਨਹੀਂ ਲੱਗਦੀਆਂ ਤੁਹਾਨੂੰ? ਫਿਰ ਕੋਈ ਸ਼ਕਲ ਸ਼ੁਕਲ ਰੰਗ ਇੱਕੋ ਜਿਹਾ, ਇਹ ਵੀ ਨਹੀਂ, ਕੋਈ ਨਹੀਂ, ਲਾ ਲਾਂਗੇ ਨਿਸ਼ਾਨੀ। ਇਹ ਉਸ ਤੋਂ ਵੀ ਜ਼ਿਆਦਾ ਸਖਤ ਹੈ, ਰਾਜ ਫਿਰ ਵੀ ਤੁਹਾਨੂੰ ਫੀਲ ਹੋਏਗਾ। ਟੈਡੀ ਪੱਠੀ ਕੁਛ ਬਿਹਤਰ ਹੈ ਉਹਨਾਂ ਦੋਨਾਂ ਦਾ, ਦੋਨਾਂ ਕੈਂਚੀ ਨੀ ਕੰਮ ਚੱਲੇਗਾ। ਠੀਕ ਗਰਮੀ ਵਾਲੀ ਨਹੀਂ ਹੈਗੀ ਵਜ੍ਹਾ, ਪਤਾ ਕੀ ਹੈਗੀ? ਇਹ ਜਿਹੜੇ ਇਹਦੇ 'ਚ ਮੁਸਲਾ ਹੈ ਨਾ, ਅਸੀਂ ਵੀ ਛੋਟੇ ਹੁੰਦੇ ਸਾਂ ਜਦੋਂ, ਅਤੇ ਗਰਮੀ ਬਾਲ ਜਿਹੜਾ ਆਉਂਦੀ ਹੈ, ਫਿਰ ਜਿਹੜਾ ਕਬੂਤਰ ਬਿਮਾਰ ਹੋ ਜਾਂਦਾ ਸੀ, ਅਸੀਂ ਕਹਿੰਦਾ ਕਿ ਯਾਰ ਤੁਹਾਡੇ ਕੋਲ ਗਲਤੀ ਹੋ ਗਈ। ਬਿਲਕੁਲ ਵੀ ਇੱਕ ਮਾਦੀ ਸੀ, ਅਕਸਰ ਬਾਜੀਆਂ ਨਾ ਫਿਰ ਤਾਂ ਹੀ ਉੜ ਜਾਂਦੀ ਸੀ, ਇੱਕ ਦੋ ਫਿਰ ਤਾਂ ਵਧੀਆ ਹੋ, ਜੋ ਬਾਜੀਆਂ ਆਉਂਦੀਆਂ ਨਾ ਤਾਂ ਬਿਮਾਰ ਹੋ ਜਾਂਦੀ ਸੀ। ਮੈਂ ਆਪਣੇ ਸਤਾਰ ਆਉਂਦਾ ਹੈ, ਮੈਂ ਸਾਜ ਜੀ ਮਾਦੀ ਦੇਖੋ, ਇਹ ਉੜਦੀ ਬੜਾ ਤਾਂ ਬਿਮਾਰ ਹੋ ਜਾਂਦੀ, ਉਹਨੇ ਕਿਹਾ ਕਮਜ਼ੋਰ, ਕਮਜ਼ੋਰ ਇੱਕ ਅੱਧੀ ਫਿਰ ਦਿੰਦੀ ਹੈ ਵੱਡੀ, ਬਾਅਦ ਚੋਂ ਬਿਮਾਰ ਹੋ ਜਾਂਦੀ। ਤੇ ਵੀ ਕਮਜ਼ੋਰ ਹੋਏ ਨੇ ਤੁਹਾਡੇ ਕਬੂਤਰ, ਕੀ ਵਜ੍ਹਾ? ਇਹ ਪੱਠੀ ਬਿਹਤਰ ਘਰ ਦੀ ਜੀ? ਹਾਂਜੀ, ਨਿਸ਼ਾਨੀ ਲਾ ਸੀ ਇਹਦੀ, ਇੱਕ ਭੈਣ ਵੀ ਲਿਆਂਦੀ, ਚਲੋ ਕੋਈ ਗੱਲ ਨਹੀਂ, ਜਿਹੜੇ ਆ ਗਏ ਨੇ ਉਹ ਠੀਕ ਨੇ।
ਇਹਦੇ ਵਿੱਚ ਹੀ ਹੈ ਉੱਡਣ ਡਾਂ ਵਾਲੀ ਪੁੱਠੇ ਨੂੰ ਡਾਲੋ ਪਾਣੀ ਵਧੀਆ ਅੱਛੀ ਆਈ ਜੀ, ਪਰ ਵੀ ਸਟੇਟ ਨੇ ਇਹ ਬਦਲਣ ਦੇ ਨਾਲ ਪਰਾਂ ਦੀ ਵੀ ਅੱਛੀ ਆਈ ਜੀ। ਵਾਦੀ ਵੀ ਚੰਗੀ ਹੈ, ਸ਼ੁਰੂ ਕਰੀ ਅੱਛੀ ਹੈ, ਇਹਦਾ ਕਿੱਡੀ ਮੁਲਾਇਮ ਵਾਦੀ ਹੈ, ਇਸ ਤਰ੍ਹਾਂ ਦੀ ਹੋਣੀ ਚਾਹੀਦੀ ਜੋੜੇ। ਉਹ ਨਹੀਂ ਵਧੀਆ ਨਿਕਲੀ, ਕੋਈ ਨਰ ਨਹੀਂ ਨਾ ਸਹੀ ਲਾਇਆ ਮੈਂ, ਇਹਦੇ ਦੋ ਪਰ ਕੱਟਤੇ ਜੀ, ਸਭ ਤੋਂ ਅੱਛੀ ਇਹ ਹੀ ਆਈ ਜਾਂਦੀ ਹੈ। ਸਿੱਧੇ ਬਿਲਕੁਲ ਸਟ੍ਰੇਟ ਪਰਨੇ ਤੇ ਥੱਲੇ ਬਹੁਤ ਮੁਲਾਇਮ, ਇਹ ਖੁਦ ਹੀ ਉੱਡੀ ਹੈ। ਹੁਣ ਜਿੱਡੀ ਮੁਲਾਇਮ ਵਾਦੀ ਇਹ ਆਈ ਹੈ ਨਾ, ਇੰਨੀ ਤੇਲ ਲਾਇਆ ਬਾਡੀ ਤੇ, ਏਡਾ ਮੁਲਾਇਮ ਕੋਈ ਵੀ ਨਹੀਂ ਆਇਆ। ਉਸ ਮਾਦੀ ਨਾਲੋਂ ਵੀ ਬਹੁਤੀ ਹੈ ਮੁਲਾਇਮ, ਬਹੁਤ ਕੀਮਤੀ ਮਾਦੀ ਹੈ। ਇਹਦੀ ਅੱਖ ਵੀ ਦੇਖੋ ਚਮਕਦਾਰ ਹੈ ਬਿਲਕੁਲ, ਰੇਸ਼ਮ ਲਾਈ ਮਾਦੀ ਹੈ, ਪੰਜਾ ਵੀ ਬਹੁਤ ਵਧੀਆ, ਇਸ ਤਰ੍ਹਾਂ ਹੀ ਪੰਜਾ ਹੋਣਾ ਚਾਹੀਦਾ ਕਬੂਤਰ ਦਾ। ਇਹਦੀ ਧੀ ਕਿਹੜੀ ਗਈ ਹੈ ਜਿਹੜੀ ਕੇਸ ਚੰਗੀ ਹੈ? ਅੱਛਾ ਅੱਛਾ, ਇਹ ਉਹਦੀ ਮਾਂ ਹੈ। ਕੋਈ ਨਹੀਂ, ਹੁਣ ਮਜ਼ਬੂਰੀ ਹੈ, ਦੋ ਪਰ ਕੱਟ ਦੇ ਛੱਤ ਤੇ, ਕੋਈ ਕਹਿੰਦੀ ਉਹਨੂੰ ਜਾਣਾ ਪੈਣਾ ਛੱਤ ਤੇ। ਕਲਿੱਪਰ ਤੁਹਾਨੂੰ ਮਿਲ ਜਾਏਗਾ ਸ਼ਾਇਦ, ਉੱਪਰਲੇ ਹਾਜੀ ਦੀ ਦੁਕਾਨ ਨਾਲ। ਉਹ ਕਲਿੱਪਰ ਹੁੰਦਾ ਧਾਗਾ ਕੱਟਣ ਵਾਲਾ ਨਾ, ਕਟਰ ਦਿਆ, ਦਰਜੀ ਦੀ ਨਾਲ ਦੁਕਾਨ ਹੈ ਸ਼ਾਇਦ ਇਹਦੇ ਕੋਲ ਹੋਵੇ, ਧਾਗਾ ਕੱਟਣ ਵਾਲਾ ਕਲਿੱਪਰ ਹੈਗਾ। ਕੈਂਚੀ ਛੋਟੀ ਮਿਲ ਗਈ ਤੇ ਬਿਲਕੁਲ ਮੁਲਾਇਮ, ਹੱਡੀ ਨੀ ਚੁਭਦੀ, ਹੱਡੀ ਜੋੜ ਦਾ ਫਾਸਲਾ ਬੜਾ ਅੱਛਾ ਤੇ ਬਾਕੀ ਹਰ ਚੀਜ਼ ਵੱਲੋਂ ਬਿਹਤਰੀਨ, ਅੱਖ ਦੀ ਬੜੀ ਵਧੀਆ, ਅੱਛੀ ਚਮਕ ਦੇਖੋ ਕਿ ਸ਼ਾਨਦਾਰ ਹੈ। ਪਰਵਾਜ਼ੀ ਕਬੂਤਰ ਲਾਂ, ਯਾਨੀ ਮੁਲਾਇਮ ਕਬੂਤਰ ਦੀ ਨਿਸ਼ਾਨੀ ਆਖ ਦੀ ਚਮਕ, ਉਹਨਾਂ ਪੰਜੇ ਦੀ ਬੜੀ ਸ਼ਾਨਦਾਰ, ਇਹ ਵੀ ਹੋਈ ਪੰਜਾ ਆ ਗਿਆ। ਜਿਹੜਾ ਅੱਛਾ ਕਬੂਤਰ ਨਾ ਪੁਆਇੰਟਾਂ ਦਾ, ਤਕਰੀਬਨ ਕਿਸੇ ਵੀ ਰੰਗ ਨਸਲ ਦਾ, ਉਹਦੇ ਜਿਹੜੇ ਅਜ਼ਾਨ ਨੇ ਨਾ ਪੁਆਇੰਟਸ, ਉਹਦੇ ਆਪਸ 'ਚ ਮਿਲਦੇ ਜੁਲਦੇ ਹੁੰਦੇ ਨੇ। ਹੈਲੋ, ਜੋੜੇ ਪਾਉਣੀ ਜੀ, ਦੋ ਪਰ ਇਹਦੇ ਕੱਢ, ਬਹੁਤ ਵਧੀਆ ਲੱਗਦੀ ਹੈ। ਯਾਰ ਕਬੂਤਰ ਤੇ ਵਿੱਚ ਤੁਹਾਡੇ ਕੋਲ ਅੱਛੇ ਨੇ, ਵੀ ਮਾਦੀ ਚੰਗੀ ਆਈ।
ਬੰਦੇ ਇਹਨਾਂ ਨਾਲ ਡਿਵਰਮਿੰਗ ਹੋਣ ਵਾਲੀ ਮਲਾਪੇ ਕਹਿੰਦੇ ਇਹਨਾਂ ਦੇ ਅੰਦਰ, ਹਾਂਜੀ ਮਲਾਪ ਹੈ ਉਹ ਵੀ ਲੈ ਕੇ ਜਾਣੀ ਹੈ।